ਅੱਜ ਤਾਂ ਹੈਗਾ ਜੀ ਕਹਿੰਦੇ ਲਾਸਟ ਵਲੌਗ ਇੰਡੀਆ ਚ, ਬਾਕੀ ਮਾਮੇ ਹੁਣੀ ਚੱਲੇ ਆ ਏਅਰਪੋਰਟ ਛੱਡਣ। ਟੀਲ ਵਾਲੀ ਕਿੱਥੇ ਲਵਾਈ ਮਾਮਾ ਜੀ ਦਿਖਾ ਮਰ ਕੀਤਾ ਭੁੱਖੇ ਜਾਣਗੇ ਮਾਮਾ ਮੈਨੂੰ ਇੱਦਾਂ ਕਰੀ ਜਾਂਦਾ ਮੰਮਾ ਰੱਖ ਦੇ ਯਾਦ ਪਤਾ ਲੱਗ ਜਾਵੇ ਫੇਰ ਪੈਸੇ ਦਾ ਉਹਨਾਂ ਨੇ ਨਹੀਂ ਦੇਣਾ ਤੈਨੂੰ ਮੈਂ ਕਨੇੜੀ ਝੂਟੇ ਦੇ ਦਿੰਦਾ ਨਾਲ ਕਹਿੰਦੇ ਪਿੰਦਾ ਪਵਾਰਾ ਹੋਇਆ ਚਰਚਾ ਦੇ ਵਿੱਚ ਨੇ, ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨੀ ਫੋਲੋ ਕਰਦੀ। ਅੱਜ ਦਾ ਹੈਗਾ ਜੀ ਕਹਿੰਦੇ ਲਾਸਟ ਵਲੌਗ ਇੰਡੀਆ ਚ, ਬਾਕੀ ਮਾਮੇ ਹੁਣੀ ਚੱਲੇ ਆ ਏਅਰਪੋਰਟ ਛੱਡਣ। ਮਾਮਾ ਜੀ ਵਰਤ ਦੀ ਤਿਆਰੀ ਆ ਤੁਹਾਡੀ? ਉਹਦੇ ਹੋਏ ਭੁੱਖੇ ਨੇ 2 ਲੀਟਰ ਵਾਲੀ ਉਹ ਕੋਕ ਦੀ ਖਾਲੀ ਵੀ ਲੈ ਲਾ, ਬਾਥਰੂਮ ਵੀ ਕਰਨਾ ਪੈਣਾ ਇਹਨਾਂ ਗੱਡੀ ਨਹੀਂ ਰੋਕਦੇ ਭੁੱਖੇ। ਬਾਕੀ ਚੱਲੇ ਜੀ ਕਹਿੰਦੇ ਪੈਚੀ ਦਾ ਭਾਰ ਹੋ ਗਿਆ ਵੱਧ। ਬਾਕੀ ਕੁਲੀ ਕਿੱਥੇ ਆ ਆਪਣੇ? ਆ ਤਾਂ ਇੱਕ ਖੜਾ ਤੇ ਬਾਕੀ ਆਉਂਦੇ ਪਏ ਦੋ, ਬਾਕੀ ਦੋ ਆਉਂਦੇ ਪਏ। ਇੱਕ ਬਣਿਆ ਜੀ ਕਹਿੰਦੇ ਕੈਪਟਨ ਭੰਗੜੇ ਦਾ, ਬਾਕੀ ਇਦਾਂ ਆ ਲੋੜ ਪੈਣ ਤੇ ਮਾਮਾ ਵੀ ਜਾਂਦਾ ਵਾਰਿਆ, ਇਦਾਂ ਦੀ ਨਹੀਂ ਕਰਦਾ ਵਾਦੇ ਘੱਟ ਦੇ ਮੰਗਣਾ। ਜਿਹੜਾ ਉਹ ਕਿਹੜਾ ਕੰਮ ਬੰਦਾ ਹੁੰਦਾ ਇੱਕ ਜਿਹਦਾ ਸਪੇਅਰ ਮਾਮਾ ਮਾਮਾ ਬਿੱਲਾ ਕਰਦਾ ਆਪਣਾ ਜਿਹੜਾ 786 ਉਹ ਬਿੱਲਾ ਦਾ ਹੈੜੀ ਮਾਮੇ ਨੇ ਨੱਕ ਚੋਂ ਫੜ ਲੈਣਾ। ਬਾਕੀ ਮਿਲਦੇ ਤਾਂ ਪਾਉਂਦੇ ਆ ਹਜੇ ਨਿਟੂ ਨੂੰ ਚੱਕਦੇ ਰਾਹ ਚੋਂ, ਕਹਿੰਦੇ ਨਹੀਂ ਉਹਨੂੰ ਵੀ ਕਰਦੇ ਗਾ ਪਾਵਾਂਗੇ ਜੀ ਦਿੱਲੀ ਤੇ ਜੀ। ਮਾਮਾ ਜੀ ਆ ਲਾਸਟ ਵਲੌਗ ਆ ਇੰਡੀਆ ਚ, ਕੁਛ ਤਾਂ ਬੋਲ ਬਸ ਨਹੀਂ ਏਦਾਂ ਖਾਪੀ ਨਹੀਂ ਕਰਦੇ ਹੋ, ਮੈਂ ਜੁੱਤੀਆਂ ਖਾ ਕੇ ਆਇਆ ਏਅਰਪੋਰਟ ਤੋਂ ਮਾਰ ਕੇ ਆਵਾਂਗੇ ਜੀ। ਕਹਿੰਦੇ ਖਿੱਚ ਲੀਆਂ ਤਿਆਰੀਆਂ। ਕੁਲੀ ਕਿੱਥੇ? ਕੁਲੀ ਨੰਬਰ 1 ਆ ਜਾਓ ਗੋਲੇ ਜੀ, ਹੋਵੋ ਮੜ ਜਾ ਦਵਾਲੇ ਗਿਣੇ ਕੇ ਰੱਖੇ ਆ। ਗੋਲੇ ਦਾ ਪਤਾ ਨੀ ਨਾਲ ਆਇਆ ਕਿੱਦਾਂ ਭਲਵਾਨ ਜੀ, ਕਿੱਦਾਂ ਤਿਆਰੀ ਆ? ਕਹਿੰਦੇ ਤੋਰ ਲਈ ਆ ਗੱਡੀ ਜੀ, ਤੇ ਬਾਕੀ ਸਾਨੂੰ ਕੈਪਟਨ ਤਾਂ ਦਿਖਾਤਾ ਸੀ ਭੰਗੜੇ ਦਾ ਤੇ ਗੋਲਾ ਬੰਦ ਹੋਇਆ ਸੀ ਕੋਲੇ ਦੀ ਘਾਟ ਕਰਕੇ ਬੰਦ ਹੋਇਆ ਸੀ, ਹੁਣ ਉਹ ਪਾਸੀਆਂ ਤੇ ਚਲਾਵਾਂਗੇ ਭਲਵਾਨ ਜੀ। ਛੱਪਣਾ ਚੋ ਗਿੱਲੀਆਂ ਪਾਸੀਆਂ ਚੱਕ ਕੇ ਹੋ ਜਾਵੇ ਭਲਵਾਨ ਜੀ ਮੜ ਜੇ ਝਾਫੇ।
ਪਤਾ ਲੱਗ ਜਾਵੇ। ਹਾਂਜੀ ਮਾਮਾ ਜੀ ਬੋਲੋ, ਤੁਸੀਂ ਬੋਲਦੇ ਨੀ ਪਏ। ਸਤਿ ਸ੍ਰੀ ਅਕਾਲ ਪਹਿਲਾਂ ਤਾਂ ਹੱਥ ਜੋੜ ਕੇ ਤੂੰ। ਮੈਂ ਦਿੱਲੀ ਕਹਿੰਦਾ ਚੇਤੇ ਆ ਤਾਂ ਲੋਕਾਂ ਨੂੰ ਮਰਜਾ ਪੁੱਛੋ। ਦਿੱਲੀ ਕਹਿੰਦੇ ਅੱਤ ਕਰਾਤੀ ਸੀ, ਕਹਿੰਦੇ ਮਾਮਾ ਮਾਮਾ ਹੋਈ ਜਾਂ ਨਹੀਂ ਪਿੰਡਾਂ ਚ ਦੱਸ ਦੋ ਮਾਮਾ ਜੀ, ਲੋਕੀ ਪੁੱਛਦੇ ਸੀ ਨਾ ਖੜ ਖੜ। ਹਾਂਜੀ ਦਿੱਲੀ ਦਿੱਲੀ ਕਰਾਤੀ ਸੀ ਨਾ ਫੇਰ। ਲਓ ਜੀ ਕਹਿੰਦੇ ਤੁਰ ਪਏ ਆ ਤੇ ਬਾਕੀ ਅੱਗੇ ਅੱਗੇ ਦਿਖਾਉਣੇ ਤੁਹਾਨੂੰ। ਮਾਮਾ ਬੋਲਦਾ ਤੂੰ ਕਿ ਕੁੜੀ ਦੱਬ ਗਿਆ ਆ ਪਹਿਲਵਾਨ ਜੀ। ਕਦਾ ਲਾਈਆਂ ਰੌਣਕਾਂ? ਕਹਿੰਦੇ ਬਾਥਰੂਮ ਕੰਨ ਗਏ, ਚਾਦਰਾਂ ਲਵੇਟਿਆ ਏ। ਚਲੋ ਕੋਈ ਨੀ। ਉਹ ਯਾਰ ਜੁੱਤੀ ਤੇਰੇ ਬੂਟ ਨੀ ਸੱਜਦੇ ਪਹਿਲਵਾਨਾ, ਉਹ ਚੱਕ ਜਿਹੜੀ ਉਹ ਲਿਆਂਦਾ ਮੌਜਾ ਉਹ ਚਾੜ ਮਾਮਾ ਜੀ। ਕੀ ਕਹਿਣਾ ਇਹਦੇ ਯਾਰ ਦੱਸੋ ਅੱਜ ਸਾਡਾ ਆਪਾਂ ਪੂਰੇ ਐਨ ਕਹਿ ਲਓ ਨਾ ਪੋਡਕਾਸਟ ਵਿਦ ਮਾਮਾ ਲਿਖ ਦੇਣਾ ਕਹਿੰਦਾ ਪੋਡਕਾਸਟ ਵਿਦ। ਹਾਂਜੀ ਦੱਸੋ ਮਾਮਾ ਜੀ ਕੀ ਕਹਿਣਾ ਇਹਦੇ ਯਾਰ। ਕਹਿੰਦਾ ਦਿੱਲੀ ਦਾ ਰਾਹ ਪਤਾ ਤੁਹਾਨੂੰ ਮਾਮਾ? ਉੱਚੀ ਬੋਲ ਮਾੜ ਜਾ, ਸੁਣਦਾ ਨੀ। ਸੁਣਦਾ ਤੂੰ ਕਿਹੜਾ ਬੋਲਾ ਨਹੀਂ ਮਾੜ ਜਾ ਉੱਚੀ, ਇਹ ਚ ਕੈਮਰੇ ਚ ਨੀ ਪਤਾ ਲੱਗਣਾ ਲੋਕਾਂ ਨੂੰ ਕੀ ਕਹਿੰਦੇ। ਕਹਿੰਦਾ ਦਿੱਲੀ ਦਾ ਰਾਹ ਪਤਾ ਲੋਕਾਂ? ਕਹਿੰਦੇ ਮਾਮੇ ਨੂੰ ਹਾਂ ਨੀ, ਤੂੰ ਜਿਹੜੀ ਗੱਲ ਕਹੀ ਉਹ ਦੱਸ ਤੇ ਰੱਖੇ ਆ। ਮੈਂ ਕਿਹਾ ਦੱਸਣ ਨੂੰ ਰਾਂ ਸੁੰਘ ਸੁੰਘ ਜਾਊਗੇ। ਲਓ ਜੀ ਪਟੇ ਲੈ ਕੇ ਪਾ ਦਿਓ ਇਹਨਾਂ ਦੇ। ਉਹ ਕਾਹਦੇ ਪਤਾ ਲੱਗੇ ਘਰ ਦੇ ਰੱਖੇ ਆ। ਮਾਮੇ ਹੁਣ ਟੱਟੀ ਲਵਾ ਲਈ, ਕਿੱਥੇ ਲਵਾਈ ਮਾਮਾ ਜੀ ਦਿਖਾ ਮਾਰ। ਚਲੋ ਆ ਜਾਓ ਉੱਥੇ ਦਬਾਉਂਦੇ ਮਾਮਾ, ਆ ਜਾ ਤੈਨੂੰ ਆ ਜਾਓ ਅੰਦਰ ਆ ਜਾਓ ਪਹਿਲਵਾਨ ਜੀ। ਜਨਤਾ ਦੇਖਦੀ ਆ, ਹੋ ਜਾ ਪਹਿਲਵਾਨ ਜੀ ਮਰ ਜਾ ਗਦਾ ਝਾਫੇ ਪਵਾਉਣੇ ਝਾਫੇ ਹੱਥੇ ਹੀ। ਲਓ ਜੀ ਪਹਿਲਵਾਨ ਜੀ ਰੋਨੇ ਕਿਹੜੀ ਗੱਲੋਂ ਪਹਿਲਾਂ ਦੱਸੋ ਯਾਰ, ਹੈ ਕਿਹੜੀ ਗੱਲੋਂ ਰੋਨੇ ਆ? ਹੈ ਮੈਂ ਚੱਲ ਕੋਈ ਨੀ ਆ ਜਾਣਾ ਫੇਰ ਬਾਅਦ ਚੋਂ ਆ ਜਾਂਗੇ। ਪਹਿਲਾਂ ਰੋਣਾ ਹੋਰ ਕਿਹੜੀ ਗੱਲ ਦਾ ਤੈਨੂੰ? ਰੋਣਾ ਕਿਹੜੀ ਗੱਲ ਦਾ? ਰੋਣਾ ਕਿਹੜੀ ਗੱਲ ਦਾ? ਰੋਣਾ ਕਿਹੜੀ ਗੱਲ ਦਾ? ਰੋਣਾ ਹੋਰ ਉੱਚੀ ਕੀ ਮੇਲ ਨੀ ਹੋਣਾ
ਉਹ ਤਾਂ ਹੁਣ ਵੀ ਨੀ ਹੋਣਾ ਭਲਵਾਨ ਹੁਣ ਪਾਰ ਆ ਹੁਣ ਨੀ ਮਿਲਣਾ ਉਹ ਏਡੀ ਗੱਲ ਨੀ ਉਹ ਵਾਲਾ ਗਾਣਾ ਹੋ ਜੇ ਉਹ ਕਿਹੜਾ ਸੀ ਗਾਣਾ ਉਹ ਅੱਜ ਬੜੇ ਚੀਰਾ ਬਾਦ ਸਾਡੀ ਆ ਗਈ ਕਿਵੇਂ ਯਾਰ ਇਦਾਂ ਹੋਣਾ ਜਦੋਂ ਬਾਅਦ ਮਿਲਣਾ ਦੱਸ ਜਦੋਂ ਦਸ ਪੰਦਰਾਂ ਸਾਲਾਂ ਬਾਅਦ ਨੀ ਮਿਲਣਾ ਭਲਵਾਨ ਨੇ ਉਦੋਂ ਕਿਹੜਾ ਗਾਣਾ ਉਦੋਂ ਗਾਣਾ ਭਲਵਾਨ ਜੀ ਆਜੋ ਅੰਦਰ ਹੁਣ ਭੰਗੜਾ ਪੈਂਦਾ ਹੀ ਜਾਵੇ ਚਲੋ ਭਲਵਾਨ ਜੀ ਸਾਡਾ ਚਿੜੀਆਂ ਦਾ ਚੰਬਾ ਏਅਰਪੋਰਟ ਆ ਗਿਆ ਭਲਵਾਨ ਜੀ ਉਹ ਰੋਲਾ ਖੜਾ ਹੋ ਕੇ ਰੋਲਾ ਜੀ ਉਹ ਸਾਲਾ ਉਹ ਅੱਗੇ ਕਿਹੜੀ ਅਗਲਾ ਲੈਣ ਹੋ ਜਾਵੇ ਆ ਸਾਡੀ ਲੰਬੀ ਸਾਡੀ ਲੰਬੀ ਅਡਾਰੀ ਉਹ ਆਹੀ ਚਿੜੀਆਂ ਦਾ ਚੰਬਾ ਹੋ ਜਾਵੇ ਭਲਵਾਨ ਜੀ ਕੀ ਹੋਇਆ ਬਣ ਕੇ ਤਾਂ ਪੰਮੀ ਬਾਈ ਆਏ ਸੀ ਤੇ ਹੁਣ ਮੇਰੇ ਖਿਆਲ ਨਾਲ ਹੋਰ ਘੰਟਾ ਕੁ ਸੌਂ ਗਿਆ ਤੇ ਤੂੰ ਉੱਥੇ ਬਣ ਜਾਣਾ ਉਹ ਭਜਣਾ ਅਮਲੀ ਉਹ ਆ ਕੀ ਹੋ ਗਿਆ ਬੋਲੇ ਉਹ ਰੋਈ ਜਾਂਦਾ ਯਾਰ ਤੂੰ ਚੁੱਪ ਕਰਾ ਲਾ ਉਹਨੂੰ ਓ ਜੀ ਪਹੁੰਚ ਗਏ ਮੁੰਡੇ ਕਹਿੰਦੇ ਐਰੋ ਸਿਟੀ ਤੇ ਬਾਕੀ ਮਾਮਾ ਜੀ ਕੋ ਵੀ ਝਾਫੇ ਮਾਮਾ ਝਾਫੇ ਮਾਮੇ ਚ ਹੈ ਨੀ ਹੁਣ ਮੈਂ ਕਹਿੰਦਾ ਤੜ ਤੁੜ ਕਰੰਟ ਹੈ ਨੀ ਮਾਮਾ ਉਹ ਕੀ ਕਹੀ ਜਾਂਦਾ ਸੀ ਮਾਮਾ ਉਹਦਾ ਪ੍ਰਾਣੀ ਨਹੀਂ ਮਾਮਾ ਨਹੀਂ ਗਾਲ ਨੀ ਕੱਢਣੇ ਬਾਕੀ ਏਦਾਂ ਮਾਮਾ
ਪੁਰਾਣਾ ਦਿੱਲੀ ਤੈਨੂੰ ਕਿੰਨਾ ਕੁ ਪਿਆਰ ਮਿਲਿਆ ਲੋਕਾਂ ਦਾ ਉਹ ਦੱਸ ਪਹਿਲਾਂ ਜਦੋਂ ਆਏ ਸੀ ਆਪਾਂ DLF ਮਾਲ ਗੁੱਚੀ 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 LV ਦੇ ਸ਼ੂ ਜਦੋਂ ਦੇਖੇ 1,20,000 ਦੇ ਸ਼ੂ ਦੇ ਨਾਲ ਜਿਹੜਾ ਤੇਰੇ ਪਿੰਡੇ ਤੇ ਛਾਪਾ ਪਾਇਆ ਮਗਰ ਉਹ ਕੁੜਤਾ ਚੱਕ ਕੇ ਹੋਰ ਕਿੱਦਾਂ ਦਾ ਫੀਲ ਹੋਇਆ ਪਤਾ ਲੱਗ ਗਿਆ ਸੀਗਾ ਨਾ ਪਿੰਡ ਚ ਹਾਂ ਵੀ ਕੋਈ ਪਹੁੰਚਿਆ ਕਹਿੰਦੇ DLF ਮਾਲ ਭੁੱਖੇ ਮਾਰਨੇ ਜਾਂਦੇ ਵਰਤ ਰਖਾ ਦੀਏ ਇਹਨਾਂ ਦਾ ਵਰਤ ਹੀ ਆ ਹੁਣ ਜਾਣਗੇ ਸਵੇਰ ਨੂੰ ਤੜਕੇ ਘਰੇ ਜਾ ਕੇ ਖਾਣਗੇ 6-7 ਵਜੇ ਪਹੁੰਚ ਜਾਣਾ ਬਾਲਾ ਨਾ ਉਦਾਂ ਟੈਨਸ਼ਨ ਲਿਓ ਠੀਕ ਆ ਆਹੋ ਬਾਕੀ ਅੰਦਰ ਪਾਉਂਦੇ ਆ ਤੇ ਪੂਰਾ ਬਲੌਗ ਕਰਦੇ ਆ ਪੂਰਾ ਫੁੱਲ ਮਾਮਾ ਜੀ ਤੁਸੀਂ ਇੱਧਰ ਪਿਆਰ ਹੀ ਦੇ ਜੋ ਮਾੜਾ ਜਿਹਾ ਭਗਵਾਨ ਜੀ ਮੈਂ ਕਿਹਾ ਪਿਆਰ ਨਹੀਂ ਦੇਣਾ ਫਿਰ ਰਾਹ 'ਚ ਰੋਟੀ ਖਾ ਲੈਣੀ ਆ ਭੁੱਖੇ ਹੀ ਜਾਣ ਅੱਜ ਇਹ ਹੋਰ ਭੁੱਖੇ ਜਾਣਗੇ ਮਾਮਾ ਮੈਨੂੰ ਇੱਦਾਂ ਹੀ ਕਰੀ ਜਾਂਦਾ ਕਿੱਦਾਂ ਮਾਮਾ ਰੱਖ ਦੇ ਜਾ ਤੇ ਪਤਾ ਲੱਗ ਜਾਵੇ ਫਿਰ ਪੈਸੇ ਤਾਂ ਉਹਨਾਂ ਨੇ ਨਹੀਂ ਦੇਣਾ ਤੈਨੂੰ ਮੈਂ ਕਨੇੜੀ ਝੂਟੇ ਦੇ ਦਿੰਦਾ ਉਧਰ ਭਾਜ ਵੀ ਹੱਸਦਾ ਨਹੀਂ ਤੂੰ ਉਹਨੂੰ ਛੱਡ ਤੂੰ ਹੁਣ ਮਾਮਾ ਜੀ ਓਕੇ ਜੀ ਆਹ ਦੇਖ ਲਾ ਮਾਮਾ ਹਟਦਾ ਨੀ ਜਾ ਤੇ ਭਰਾ ਦੇ ਤੂੰ ਇੱਕ ਅੱਧਾ ਕੁਛ ਚੱਕ ਕੇ ਹਾਂ ਭਲਵਾਨ ਜੀ ਠੰਡੇ ਆ ਅੱਜ ਕੀ ਚੱਕਰ ਆ ਭਲਵਾਨ ਕਿੱਥੇ ਗਿਆ ਭਲਵਾਨ ਕਿੱਧਰ ਗਿਆ ਭਲਵਾਨ ਲਓ ਜੀ ਲਾਈਨਾਂ ਨਹੀਂ ਮੁੱਕਦੀਆਂ ਪਈਆਂ ਇੱਧਰ ਕਿੱਦਾਂ ਭਾਅ ਜੀ ਕਿੱਦਾਂ ਦਾ ਫੀਲ ਆ ਰਿਹਾ ਲੱਗੇ ਬਾਦਲ ਵਾਲੀ ਕਣਕ ਲੈਣ ਉੱਤੋਂ ਵੀ ਜ਼ਿਆਦਾ ਹਜੇ ਉਹ ਉੱਥੋਂ ਘੁੰਮ ਕੇ ਆਏ ਜੀ ਉਹ ਲਾਸਟ ਤੋਂ ਇੱਦਾਂ ਫਿਰ ਇੱਧਰੋਂ ਇੱਕ ਬਲ ਫਿਰ ਦੋ ਫਿਰ ਤੀਸਰਾ ਫਿਰ ਚੌਥਾ ਅਤੇ ਪੰਜਵੇਂ 'ਚ ਪਹੁੰਚਣਾ ਫਿਰ ਅਤੇ ਹੋਰ ਕੀ ਕਹਿਣਾ ਚਾਹੋਗੇ ਆਪਣੇ ਨਾਲ ਜ਼ਿਆਦਾ ਉਹ ਖੜੇ ਜਿਹੜੇ ਬਾਹਰ ਗੋਲਾ ਫੋਨ ਕਰੀ ਜਾਂਦਾ ਕਹਿੰਦਾ ਪਹਿਲਾਂ ਨੀ ਭਾਰ ਜੋ ਕੇ ਆਉਂਦੇ ਹੋਰ ਹਜੇ ਪਹਿਲਾਂ ਵਿਚਾਰਿਆਂ ਨੂੰ ਤੁਰ ਕੇ ਉਹ ਜਾਣਾ ਪੈਣਾ ਡੇਢ ਕਿਲੋਮੀਟਰ ਤੁਰ ਕੇ ਜਾਣਾ ਪੈਣਾ ਪਾਰਕਿੰਗ 'ਚ ਉੱਧਰ ਭੁੱਖ ਲੱਗੀ ਆ ਹੁਣ ਪਰ ਵਰਤ ਹੀ ਰਖਾਉਣਾ ਉਹਨਾਂ ਦਾ ਨਾ ਕਿਸੇ ਨੇ ਜੇਬ 'ਚੋਂ ਕੱਢਣੇ ਪੈਸੇ ਲਓ ਜੀ ਕਹਿੰਦੇ ਲਾਈਨਾਂ ਬਹੁਤ ਲੰਬੀਆਂ ਲੱਗੀਆਂ ਤੇ ਬਾਕੀ ਦੇਖਦੇ ਹੁਣ ਭਾਰ ਦਾ ਕੀ ਬਣਦਾ ਮੇਜਰ ਪ੍ਰੋਬਲਮ ਸੀਗੀ ਇੱਕ ਦੱਸਣੀ ਤੇ ਨਹੀਂ ਦੱਸ ਹੋ ਗਈ ਦੱਸਤੀ ਆ ਏਅਰਪੋਰਟ ਤੇ ਮੈਂ ਕਿਹਾ ਖਰੇ ਹੋ ਜਾਣਾ ਕੰਮ ਖਰੇ ਮੇਰੇ ਖਿਆਲ ਨਾਲ ਪਰ ਬਚਾਅ ਹੋ ਗਿਆ ਹਨਾ ਉਦਾਂ ਲਓ ਜੀ ਬਾਕੀ ਅੱਗੇ ਅੱਗੇ ਦਿਖਾਉਂਦੇ ਤੁਹਾਨੂੰ ਐਡਾ ਵੱਡਾ ਕਹਿੰਦੇ ਥਾਈਲੈਂਡ ਦਾ ਬਾਕੀ ਦਿਖਾਉਂਦੇ ਆ ਅੱਗੇ ਪੂਰਾ ਬਲੌਗ ਤਾਂ ਨਹੀਂ ਚਲੋ ਬਣਿਆ ਪਹੁੰਚਦੇ ਹੁਣ ਅੱਗੇ ਇਹ ਪਚਾਊਗੀ ਜੀ ਹੁਣ ਜਿੱਥੇ ਆਪਣਾ ਗੇਟ ਆ
ਦੇਖੋ ਤਰੱਕੀਆਂ ਕੀਤੀਆਂ ਥਾਈਲੈਂਡ ਵਾਲਿਆਂ ਨੇ। ਲਓ ਜੀ ਕਹਿੰਦੇ ਅਗਲਾ ਸਫ਼ਰ ਹੋ ਗਿਆ ਸ਼ੁਰੂ, ਆਪਾਂ ਚੱਲੇ ਹਾਂ ਥਾਈਲੈਂਡ ਤੋਂ ਬੈਂਕੋਕ ਤੋਂ ਵੈਨਕੂਵਰ। ਬਾਕੀ ਦਿਖਾਉਣਾ ਤੁਹਾਨੂੰ ਅੱਗੇ। ਵਿੱਚ ਪਰਦੇ ਚਿੱਟੀ ਪਿੰਦੇ ਦੀ ਨੇ ਬਹੁਤ ਰਵਾਇਆ ਮਨਜੀਤ ਨੇ ਦਵਾਈ ਵਿੱਚ ਲੈਂਟਰ ਪਵਾਇਆ ਮਾਮਾ ਤੂੰ ਨੀ ਰੋਣਾ ਭਲਵਾਨ ਜੀ ਕੋਈ ਨੀ ਫੇਕੀ ਹੋਇਆ ਹੈ ਰੋਨਾ ਕਾਹਦੇ ਕਿਹੜੀ ਗੱਲਾਂ ਰੋਨਾ ਪਹਿਲਾਂ ਦੱਸ ਰੋਂਦਾ ਕਿਹੜੀ ਗੱਲੋਂ ਉਹ ਤਾਂ ਚੱਲ ਕੋਈ ਨੀ ਬਾਅਦ ਚ ਆ ਜਾਵਾਂਗੇ ਫੇਰ ਹੋਰ ਕਿਹੜੀ ਗੱਲ ਦਾ ਕੰਮ ਆ ਤੈਨੂੰ ਹੁਣ ਖਤਮ ਭਲਵਾਨ ਹੁਣ ਤਾਂ ਨਾ ਮੈਡਮ ਨੂੰ ਮਿਲ ਹੁਣ ਖਤਮ ਭੁੱਲ ਜਾ ਇਹ ਪਿਛੋੜਾ ਝੱਲਿਆ ਨਾ ਜਾਵੇ ਭਲਵਾਨਾ ਆਤ ਗਈ ਨੀ ਤੁਹਾਡੀ ਹਜੇ ਕੀ ਕਹਿੰਦਾ ਮਾਮਾ ਮੈਂ ਕਿ ਲੈ ਕੇ ਲੂਣ ਆ ਜਾਂ ਕੀ ਭਲਵਾਨ ਹੁਣ ਇੱਧਰ ਬਾਟੇ ਨੂੰ ਚੁੰਬੜੇ ਆ ਹੈ ਧਿਆਨ
ਦੇਖਿਓ ਲੂਣੀ ਚੱਟੀ ਜਾਂਦਾ ਉਂਗਲਾਂ ਤੇ ਲਾ ਲਾ ਕੇ ਇੱਕ ਇੱਕ ਨਾਲ ਲੱਗਦੀ ਰਾਤ ਦੀ ਵੀ ਹੋਣੀ ਖਾ ਲੈਣੀ ਸੀ ਰੋਟੀ ਮੈਂ ਕਿਹਾ ਮੁੜ ਕੇ ਤੇ ਇਹਨਾਂ ਨੇ ਨਾ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਤਾਰੇ ਦੇਖਦੇ ਨੇ ਹੋਣਾ ਤਾਂ ਕਦੋਂ ਦਿਨ ਚੜੂ ਕਦੋਂ ਕ ਦਿਨ ਚੜੂਗਾ ਯਾਰ ਭੁੱਖੇ ਭੁੱਖੇ ਹੀ ਹੋਣਾ ਭੁੱਖੇ ਹੀ ਆਉਂਦੇ ਹੋਏ ਰੋਜ਼ ਚੈੱਕ ਕਿੰਨੇ ਹਜ਼ਾਰ ਫੁੱਟ ਤੇ ਜਾਂਦਾ ਕਹਿੰਦੇ ਦੱਸਣ ਗਏ ਜੀ ਚੱਲੇ ਆ ਕਹਿੰਦੇ ਕਿੱਥੇ ਚੱਲੇ ਭਾਜੀ ਭਾਜੀ ਮੈਂ ਬਾਰਾਂ ਵਿੱਚ ਚੱਲਿਆ ਬੂਟਾ ਲੈਣ ਵਾਸਤੇ ਹਾਂ ਦੱਸ ਦੱਸ ਜੀ ਤੇ ਸਾਰੇ ਬੂਟਾ ਪਾਇਓ ਤੇ ਹੋਮਾ ਮਾ ਕੇ ਸਾਰਿਆਂ ਨੂੰ ਪੀਲ ਪਪਾ ਜੀ ਹੱਥ ਜੋੜ ਕੇ ਓਏ ਆ ਕੀ ਕਰਦਾ ਇੱਧਰ ਜੀ ਨੀਟੂ ਸ਼ਟਰਾਂ ਵਾਲਾ ਕਹਿੰਦੇ ਝੱਗ ਲੈ ਕੇ ਆਇਆ ਸੀ ਆ ਗੋਲੇ ਹੁਣਾਂ ਨੂੰ ਵੀ ਲਵੇੜਤਾ ਦਿਖਾਈ ਗੋਲਿਆ ਇਹ ਤਾਂ ਗਹਿ ਗਾਚੀ ਕਰ ਗਿਆ ਓਏ ਆ ਕੀ ਕਰ ਗਿਆ ਇੱਧਰ ਦੇਖ ਲਓ ਸਤਿ ਸ੍ਰੀ ਅਕਾਲ ਮਾਮਾ ਜੀ ਸਤਿ ਸ੍ਰੀ ਅਕਾਲ ਕਿੱਦਾਂ ਉੱਠ ਗਏ ਜੀ ਹੈ ਮੈਂ ਦੂਰੋਂ ਦੇਖਿਆ ਮੈਂ ਸਾਰੇ ਲਦੇਣ ਆ ਗਿਆ ਮਾਮਾ ਲੱਗਦਾ ਨਾ ਆਲਜੀ ਵਾਰੀ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpawar3 ਤੇ ਇੰਸਟਾਗ੍ਰਾਮ ਦੀ ਹੈਗੀ ਆ pawar.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜ਼ਿਆਦਾ ਵੀਡੀਓ ਆਪਾਂ ਉੱਥੇ ਪਾਈ ਦੀਆਂ ਬਲੌਗ ਤਾਂ ਚਲੋ ਹਫ਼ਤੇ 'ਚ 2 ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੋਣਾ ਪਈ